ਸੱਚੇ ਭਾਈ ਝੂਠ ਬੋਲਦੇ, ਕੱਦੇ ਤੁਰਨ ਲੱਗੇ ਹੋਇਆ ਸੀ, ਚੱਕ ਲਿਆ ਉਹ ਮੈਂ ਨੀ ਪਿੱਛੇ ਰਿਹਾ ਹੈਗਾ, ਪਤਾ ਕਿਆ ਹੋਇਆ ਹੁਣ। ਇੱਕ ਹੋਰ ਜੇ ਤੁਸੀਂ ਇੱਧਰੋਂ ਆਉਣਾ ਤਾਂ ਗੱਡੀਆਂ ਨੀਵੀਆਂ ਨਾ ਲੈ ਕੇ ਆਇਓ, ਗੱਡੀਆਂ ਉੱਚੀਆਂ ਲੈ ਕੇ, XUV ਜਿਹੜੀਆਂ ਧਰਤੀ ਨਾਲੋਂ ਉੱਚੀਆਂ ਹੋਣ, ਜਿਹੜੀਆਂ ਗੱਡੀਆਂ ਨੀਵੀਆਂ, ਜਿੱਦਾਂ ਸਾਹਮਣੇ ਨੀਵੀਂ ਗੱਡੀ ਹੈ ਇਹ ਥੱਲੇ ਲੱਗ ਸਕਦੀ, ਇੱਥੇ ਕੋਈ ਪੱਥਰ ਪੁੱਥਰ ਸੜਕ ਬਣਾ, ਰੋਡ ਸੜਕ ਬਣਾ ਬਹੁਤ ਕਰੇ ਹੁੰਦੇ ਮੋਟੇ ਮੋਟੇ ਜੇ। ਪੁੱਜ ਗਏ ਜੀ ਗੋਬਿੰਦ ਧਾਮ, ਹੇਮਕੁੰਡ ਸਾਹਿਬ ਦੀ 6 ਕਿਲੋਮੀਟਰ ਦੀ ਅਸੀਂ ਸਿੱਧੀ ਚੜ੍ਹਾਈ ਚੜ੍ਹੇ ਅਤੇ ਫਿਰ 6 ਕਿਲੋਮੀਟਰ ਦੀ ਸਿੱਧੀ ਉਤਰਾਈ ਉਤਰੇ। ਹੁਣ ਇੱਥੋਂ ਗੋਬਿੰਦ ਘਾਟ ਜਾਣਾ ਸੀ, 9 ਕਿਲੋਮੀਟਰ ਦਾ ਸਫ਼ਰ ਹੈ ਅਤੇ ਤੁਸੀਂ ਦੇਖਦੇ ਰਹੋ ਵੀਡੀਓ, 9 ਕਿਲੋਮੀਟਰ ਦਾ ਤੁਹਾਨੂੰ ਸਾਰਾ ਸਫ਼ਰ ਦਿਖਾਵਾਂਗੇ। ਅਤੇ ਅਸੀਂ ਇੱਥੇ ਆ ਗਏ ਅਤੇ ਤਕਰੀਬਨ 2 ਵਜੇ ਅਸੀਂ ਵਾਪਸ ਮੁੜਿਆ ਇੱਥੇ, ਅਤੇ ਬਾਕੀ ਹੁਣ ਦੇਖਦੇ ਹਾਂ ਵੀ ਕਿੰਨਾ ਟਾਈਮ ਲੱਗਦਾ, ਕਿੱਥੇ ਕਿੱਥੇ ਟ੍ਰੈਫਿਕ ਜਾਮ ਮਿਲਦੀ ਆ। ਸੰਗਤ ਹੁਣ ਉਹ ਆ ਰਹੀ ਹੈ ਜਿਹੜੀ ਗੋਬਿੰਦ ਘਾਟ ਤੋਂ ਚੱਲ ਕੇ ਆਈ ਹੈ, ਇਹ ਅੱਜ ਇੱਥੇ ਸਟੇ ਕਰੂਗੀ ਅਤੇ ਇਹ ਹੁਣ ਸੰਗਤ ਅੱਜ ਰਾਤ ਇੱਥੇ ਰਹੂਗੀ, ਕੱਲ੍ਹ ਨੂੰ ਸੁਬਹ ਚੱਲੂਗੀ ਤੜਕ ਨੂੰ 4 ਵਜੇ। ਹਨਵੇਂ ਕੱਲ੍ਹ ਲੰਪਾ ਲੰਘਾ ਪੜੀ ਹੁੰਦਾ ਤਾਂ ਇੱਦਾਂ ਇੱਥੇ, ਹੁਣ ਤਾਂ ਇੱਥੇ ਗੁਰਦਾਸਪੁਰ ਨੇੜੇ ਹੀ ਬਿਲਕੁਲ, ਆਹ ਜਿਹੜੀ ਪੜ੍ਹਾਈ ਇੱਥੇ ਬਹੁਤ ਸਿੱਧੀ ਜੀ, ਫਿਰ ਇੱਥੇ ਤੇ ਫੇਰ ਦੁਆਰੇ ਚਲ ਆ ਜਾ, ਦੇਖਦੇ ਸ਼ਾਇਦ ਇੱਦਾਂ ਹੀ ਰਸਤੇ ਟਾਕਰੇ ਹੋ ਜਾਣ। ਮੇਰੇ ਮੈਨੂੰ ਦੋਸਤ ਮਿਲੇ ਜਿਹੜੇ ਮੇਰੇ ਨਾਲ ਕ੍ਰਿਕਟ ਖੇਡਦੇ ਹੁੰਦੇ ਸੀ, ਆਪਣੇ ਮੌਜਲੀਪੁਰ ਪਿੰਡ ਉਹਨਾਂ ਦਾ, ਨਹੀਂ ਮੌਜਲੀ ਨਹੀਂ ਸੇਖੂਪੁਰ, ਉੱਥੇ ਦੇ ਤੇ ਗੱਲਾਂ ਬਾਤਾਂ ਕਰੀਆਂ, ਫਿਰ ਉਹ ਸਾਰੇ ਦੱਸਿਆ ਵੀ ਇੱਦਾਂ ਦਾ ਗਲਤੀਆਂ ਨਾ ਕਰ ਲਿਓ, ਤੁਸੀਂ ਸਮਝਾਇਆ ਸਾਰਾ ਵੀ ਸਵੇਰ ਟਾਈਮ ਜਦੋਂ ਤੁਸੀਂ ਉੱਪਰ ਨੂੰ ਜਾਣਾ ਗੁਰਦੁਆਰਾ ਹੇਮਕੁੰਡ ਸਾਹਿਬ ਨੂੰ, ਆਪਣੇ 2 ਇੰਟਰਵਿਊ ਇੱਕ ਤੌਲੇ ਬਸ ਲੈ ਜਾਓ, ਜ਼ਿਆਦਾ ਸਮਾਨ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ, ਜਿਹੜੇ ਹੋਟਲ 'ਚ ਰਹਿਣਾ ਉੱਥੇ ਤੋਂ ਆਪਣਾ ਬੈਗ ਜਮ੍ਹਾਂ ਕਰਾ ਕੇ ਜਾਂ ਗੱਡੀ ਘਰ 'ਚ ਬੈਗ ਜਮ੍ਹਾਂ ਕਰਾ ਕੇ ਆਪਣਾ ਲੰਘ ਜਾਓ ਅੱਗੇ। ਬਾਕੀ ਤੁਸੀਂ ਮੇਰੀ ਵੀਡੀਓ ਦੇਖ ਲੈਣੀ ਹੈ ਸਾਰੀ, ਜਿੰਨੀ ਮੇਰੇ ਕੋਲ ਇਨਫੋਰਮੇਸ਼ਨ ਤੁਹਾਡੇ ਨਾਲ ਸਾਰੀ ਮੈਂ ਸ਼ੇਅਰ ਕਰ ਲਈ ਹੈ। ਹੁਣ ਤਾਂ ਬੁਰਾ ਹਾਲ ਹੈ, ਥੱਕੇ ਪਏ ਹਾਂ, ਘੜੀ ਫਿਰ ਹਿੱਲੀ ਜਾਂਦੀ ਜਦ ਚੱਲੀ ਦੀ ਕੁੜੀ ਉੱਪਰ ਤਾਂ। ਹੈਲੀਕਾਪਟਰ ਦੇਖਦੇ ਹਾਂ, ਜਿੱਦਾਂ ਮੈਂ ਪਿਛਲੇ ਬਲੌਗ 'ਚ ਕਿਹਾ ਵੀ ਹੁਣ ਇਹ ਸਰਕਾਰੀ ਹੋ ਗਿਆ ਹੈਲੀਕਾਪਟਰ, ਇਹ ਆਪਣੀ ਮਰਜ਼ੀ ਕਰਦੇ ਆ ਉਡਾਉਣਾ ਨਹੀਂ ਉਡਾਉਣਾ, ਹਵਾ ਚੱਲਦੀ ਹੈ ਮਰਜ਼ੀ ਨਾਲ ਆਉਂਦੇ ਅਤੇ ਮਰਜ਼ੀ ਨਾਲ ਜਾਂਦੇ ਆ। ਬਾਕੀ ਫਿਰ ਵੀ ਜਾ ਕੇ ਪਤਾ ਕਰ ਲੈਂਦੇ, ਬਾਕੀ ਸਾਡੇ ਮੈਨੂੰ ਲੱਗਦਾ ਬੰਦਾ ਪੁੱਛ ਕੇ ਲੰਘ ਕੇ ਲੱਗਦਾ ਨਿੰਮੇ ਅੱਗੇ, ਉਹ ਉਹਨਾਂ ਦਾ ਪੁੱਛ ਕੇ ਲੰਘ ਗਏ ਅੱਗੇ, ਉਹ ਖੜ੍ਹੇ ਹੋਣਾ ਨਹੀਂ ਉਹਨਾਂ ਨੇ ਇੱਥੇ, ਨਾਲੇ ਮੈਂ ਕਿਹਾ ਵੀ ਮੇਰੇ ਆਏ ਤਾਂ ਜਾਇਓ, ਅਤੇ ਜਗਦੀਪ ਅਤੇ ਦੂਜੇ 2 ਮੁੰਡੇ ਨਾ 3 ਮੁੰਡੇ ਪਹਿਲਾਂ ਭੇਜਤੇ ਤੇ ਪੁੱਛਣ ਵਾਸਤੇ ਇੱਥੇ, ਇਹ ਵੀ ਜਾ ਕੇ ਪੁੱਛਦੇ ਹਾਂ ਜੇ ਕਿਹੜਾ ਲਵਾਏ ਦੇਵੇ, ਫਿਰ ਤਾਂ 10 ਮਿੰਟ 'ਚ ਨਿੰਮੇ ਉੱਥੇ, ਫਿਰ 4 ਘੰਟੇ ਵਾਲਾ ਰਸਤਾ, 10 ਮਿੰਟ ਦਾ ਰਸਤਾ ਫਿਰ ਤਾਂ ਸਾਰਾ ਤਾਂ ਗਏ ਉਹਨਾਂ ਕੋਲ। ਬਾਕੀ ਗੱਲਬਾਤ ਕਰਕੇ ਦੱਸਦਾ ਮੈਂ ਕੀ ਕਹਿੰਦੇ ਇਹ, ਜਿਹੜੇ ਵੀਰ ਹੈਲੀਕਾਪਟਰ ਉਡਾਉਂਦੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਸਾਰਾ ਸਿਸਟਮ ਹੈ ਔਨਲਾਈਨ ਹੋਇਆ ਹੋਇਆ, ਇੱਥੇ ਆ ਕੇ ਨਹੀਂ ਤੁਸੀਂ ਵੀ ਪੈਸੇ ਦਿਓਗੇ ਤਾਂ ਜਹਾਜ਼ ਦੀ ਟਿਕਟ ਲੈ ਲਉਂਗੇ, ਤੁਹਾਨੂੰ ਪਹਿਲਾਂ ਆਉਣ ਤੋਂ ਪਹਿਲਾਂ ਔਨਲਾਈਨ ਟਿਕਟ ਬੁੱਕ ਕਰਕੇ ਆਉਣਾ ਪੈਣਾ, ਪੂਰਾ ਪਲੈਨ ਬਣਾਉਣਾ ਪੈਣਾ ਕਿਹੜੇ ਦਿਨਾਂ ਤੁਸੀਂ ਆਉਣਾ, ਜੇ ਤੁਸੀਂ 2 ਨੂੰ ਆਉਣਾ 3 ਨੂੰ ਤੁਸੀਂ ਜਹਾਜ਼ ਉੱਡਣਾ ਅਤੇ 1 ਨੂੰ ਵਾਪਸੀ ਹੈ ਅਤੇ ਕਿੱਦਾਂ ਕਿੱਦਾਂ, ਉਹ ਹੁਣ ਪਹਿਲਾਂ ਕੰਮ ਖਤਮ ਕਰਦੇ ਵੀ ਉੱਥੇ ਜਾ ਕੇ ਆਪਾਂ ਟਿਕਟ ਲੈ ਲੈਂਦੇ ਅਤੇ ਚੜ੍ਹ ਜਾਂਦੇ ਤੇ, ਅਤੇ ਇਹਨੇ ਤੁਹਾਨੂੰ ਵੈਬਸਾਈਟ ਵੀ ਦਿਖਾਉਂਦਾ ਮੈਂ ਤੁਸੀਂ ਕਿਹੜੀ ਵੈਬਸਾਈਟ ਪਰ 'ਤੇ ਜਾ ਕੇ ਬੁੱਕ ਕਰ ਸਕਦੇ, ਇਹਨਾਂ ਦੀ ਇੱਕ HELI-RCTC ਇਹ ਸਾਈਟ ਪਰ ਵੈਬਸਾਈਟ ਪਰ ਜਾ ਕੇ ਹੇਮਕੁੰਡਾ ਲਿਖਿਆ ਕੇਦਾਰਨਾਥ ਲਿਖਿਆ ਹੋਇਆ, ਤਾਂ ਇਸੇ ਇਹਨਾਂ ਪਰ ਜਾ ਕੇ ਤੁਸੀਂ ਬੁੱਕ ਕਰ ਸਕਦੇ ਹਾਂ, ਅਤੇ ਖੁਦ ਤੁਸੀਂ ਬੁਕਿੰਗ ਬੁੱਕ ਕਰਕੇ ਆਪਣਾ ਲੌਗਇਨ ਹੋ ਕੇ ਐਨ ਪੂਰਾ ਸ਼ਡਿਊਲ ਆਪਣਾ ਬਣਾ ਕੇ ਕਿਹੜੇ ਦਿਨ ਉਤਰਨਾ ਕਿਹੜੇ ਦਿਨ ਜਾਣਾ, ਉਹ ਕੰਮ ਖਤਮ, ਉੱਥੇ ਜਾ ਕੇ ਪੈਸੇ ਦੇ ਕੇ ਟਿਕਟ ਲੈ ਲਓ, ਇਹ ਬੰਦ ਕਰ ਦੇਣਾ ਨੇ ਹੁਣ, ਜੇ ਪਹਿਲਾਂ ਪਤਾ ਤਾਂ ਮੈਂ ਤਾਂ ਔਨਲਾਈਨ ਕਰ ਦੇਣੀ ਯਾਰ ਬੁਕਿੰਗ, ਇੰਨਾ ਪਤਾ ਨਹੀਂ ਮੈਂ ਸ਼ਾਇਦ ਉੱਥੇ ਆਫਲਾਈਨ ਟਿਕਟ ਮਿਲ ਜੂਗੀ, ਔਨਲਾਈਨ ਦਾ ਇਹ ਵੀ ਜੇ ਤੁਸੀਂ ਕਰਾ ਲਈਏ ਉੱਧਰ ਮੌਸਮ ਖਰਾਬ ਹੋ ਗਿਆ, ਜਹਾਜ਼ ਨੇ ਉੱਡਣਾ ਨਹੀਂ ਹੈਗਾ, ਤੁਹਾਡਾ 1 ਦਿਨ ਖਰਾਬ ਹੋਊਗਾ, ਇਹ ਚੱਕਰ ਹੈ, ਮੈਂ ਤਾਂ ਨਹੀਂ ਕਰਾਈ ਔਨਲਾਈਨ, ਤਾਂ ਮੈਂ ਕਰਾ ਦੇਣੀ ਤੀ, ਕੋਈ ਵੱਡੀ ਗੱਲ ਨਹੀਂ, ਫਿਰ ਵੀ ਦੇਖੂੰਗਾ ਜਾ ਕੇ ਕੀ ਹਿਸਾਬ ਕਿਤਾਬ ਹੈ,
ਉਹਦੇ ਵਿੱਚ ਬਰਸਾਤ ਪੈਂਦੀ ਹੈ ਫਿਰ ਟਿਕਟ ਪੈਸੇ ਵਾਪਸ ਆਉਂਦੇ ਜਾਂ ਨਹੀਂ ਆਉਂਦੇ ਹੈਗੇ। ਜਾਣੇ ਦਾ ਟੋਲ ਫਰੀ ਨੰਬਰ ਹੈ, ਇੱਕ ਇਨਫੋਰਮੇਸ਼ਨ ਵੀਡੀਓ ਬਣਾ ਕੇ ਪਾਉਂਦਾ ਇਹਦੇ ਪਰ ਵੀ ਦੱਸਦਾ ਮੈਂ ਸਾਰਾ ਕੁਛ। ਇਹ ਤਾਂ ਵਾਪਸੀ ਬੰਦਾ ਬਹੁਤ ਥੱਕ ਜਾਂਦਾ, ਅਗਲਾ ਕਹਿੰਦਾ ਯਾਰ ਮੈਂ ਤਾਂ 5000 ਲੈ ਜਾ ਪਰ ਮੈਨੂੰ ਛੱਡ ਦੇ ਜਾ ਕੇ। ਚੱਲ ਵੀ ਚੱਲ, ਸੰਗਤ ਬਹੁਤ ਜ਼ਿਆਦਾ ਆ ਰਹੀ ਇੱਧਰੋਂ ਥੱਲੇ ਨੂੰ, ਲੱਗਦਾ ਬੂਟਾਂ ਪਾ ਕੇ ਅੱਗੇ ਆ ਗਏ ਜਿੱਦਾਂ ਅਸੀਂ ਆਏ ਬੂਟਾਂ ਪਾ ਕੇ। ਬੂਟਾਂ ਹਾਂਜੀ ਵਧੀਆ ਵੀਰੇ, ਵਧੀਆ ਵਧੀਆ ਵਧੀਆ, ਹੋਰ ਠੀਕ ਠਾਕ? ਐਨ ਵਧੀਆ ਵਧੀਆ ਵਧੀਆ। ਜਾਨ ਮਹਾਲ ਜਦੋਂ ਕੋਈ ਕੈਮਰਾ ਵੀਡੀਓ ਬਣਾਉਂਦਾ ਕੋਈ ਨਾ ਕੋਈ ਪਛਾਣੇ ਲੈਂਦਾ, ਕੋਈ ਨਾ ਕੋਈ ਸਮਾਈਲ ਦੇ ਦਿੰਦਾ, ਕੋਈ ਬੰਦਾ ਖੜਾ ਲੈਂਦਾ ਗੱਲਾਂ ਬਾਤਾਂ ਮਾਰਦਾ। ਦੇਖੋ ਤੁਸੀਂ ਕਿੰਨੀ ਸੰਗਤ ਆ ਰਹੀ ਹਾਲੇ ਕੱਲ੍ਹ ਵਾਲਾ ਨੂੰ ਮੈਂ ਦੇਖ ਰਿਹਾ। ਮੈਂ ਲਓ ਜੀ ਇੱਥੋਂ ਵੱਧ ਹੋ ਗਿਆ, ਸਾਹਮਣੇ ਪੁਲ ਦੇਖ ਗਿਆ ਸਾਨੂੰ, ਸਾਹ 'ਚ ਸਾਹ ਪਿਆ, ਹੁਣ ਪੁਲ ਪੜਦੀ ਜਾਵਾਂਗੇ ਇੱਧਰ ਨੂੰ ਜਾਣਾ ਸ਼ੋਰਟ ਕੱਟ ਨੂੰ। ਕੀ ਹਾਲ ਜੀ? ਅਤੇ ਇੱਧਰ ਨੂੰ ਜਾਣਾ ਹੁਣ ਪੁਲੇ ਪੁਲ ਜੀ ਦੱਸਾਂ ਇੱਥੇ ਤਾਂ ਕਹਿੰਦਾ ਲੱਤਾਂ ਦਾ ਹੁਣ ਨਾਸ ਵੱਜ ਗਿਆ, ਹੁਣ ਇੱਥੇ ਤੋਂ 5 ਕਿਲੋਮੀਟਰ ਹੋਰ ਆ, ਥੋੜ੍ਹੀ ਸੌਖੀ ਚੜ੍ਹਾਈ ਹਾਲੇ, ਆਹ ਥੋੜ੍ਹੀ ਟੱਫ ਤੀ, ਇਸ ਤੋਂ ਬਾਅਦ ਸੌਖੀ ਆ ਗਈ। 100 ਸਾਲ ਹੀ ਜਾਂਦੀ। ਮੈਂ ਪਿਛਲੀ ਵੀਡੀਓ 'ਚ ਦੱਸਿਆ ਕਿ ਹੁਣ ਕਹਿੰਦਾ ਇੱਥੇ ਤੱਕ ਸੜਕ ਬਣ ਜਾਣੀ ਹੈ, ਇੱਥੋਂ ਬਸ ਸਿਰਫ 4 ਕਿਲੋਮੀਟਰ ਰਹਿ ਜਾਣੀ ਚੜ੍ਹਾਈ, ਪਰ ਇੱਥੇ ਜਿਹੜੀ ਇਹ ਵੀ ਚੜ੍ਹਾਈ ਤਿੱਖੀ ਆ ਬਹੁਤ ਜ਼ਿਆਦਾ, ਅਤੇ ਇੱਥੇ ਤੱਕ ਸੜਕ ਬਣ ਜਾਣੀ, ਕਹਿੰਦੇ ਪਾਸ ਹੋ ਗਈ ਗੌਰਮੈਂਟ ਵੱਲ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਣ ਜਾਣੀ ਸੜਕ, ਤਾਂ ਫਿਰ ਇੱਥੇ ਤੱਕ ਆ ਜਾਣੀ ਹੋਰ 4 ਕਿਲੋਮੀਟਰ ਰਹਿ ਜਾਣੀ। ਹੁਣ ਤਾਂ ਹੈਲੀਕਾਪਟਰ ਵੀ ਸਿਰੇ ਜਾਣ ਲੱਗ ਜਾਣੇ, ਜਿੱਥੇ ਤੱਕ ਗਲੇਸ਼ੀਅਰ ਨੇ ਉੱਥੇ ਹੇਮਕੁੰਟ ਸਾਹਿਬ, ਉੱਥੇ ਤੱਕ ਹੈਲੀਕਾਪਟਰ ਜਾਣ ਲੱਗ ਜਾਣਾ। ਮੈਂ ਕਿਹਾ ਹੁਣ ਨਾ ਬੈਠੋ, ਹੁਣ ਤਾਂ ਸਿੱਧਾ ਆਪਾਂ ਸਿੱਧੇ ਸਿੱਧਾ ਤੁਰ ਕੇ ਜਾਣਾ, ਸਾਹ ਆ ਜਾਣਾ ਆਪਾਂ ਨੂੰ। ਚਲੋ 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 ਲਵੇ ਪੁਲ ਪਰਦੀ ਚੱਲ ਚੱਲਣ ਲੱਗ ਗਿਆ ਸੀ ਹੁਣ। ਜਿਹੜਾ ਤੁਸੀਂ ਉਹ ਦੇਖਦੇ ਹੋ ਸ਼ਾਰਟਕੱਟ ਹੈ, ਇਹ ਨਾ ਲਿਓ, ਸ਼ਾਰਟਕੱਟ ਨਾ ਲਿਓ ਬਾਈ ਕਦੇ ਵੀ ਨਾ, ਇਹਨੂੰ ਆਇਆ ਜੀ ਆਉਣਾ ਹੋਇਆ। ਤੁਸੀਂ ਆਉਂਦੇ ਨੇ ਤਾਂ ਰਸਤੇ 'ਚ ਲੰਗਰ ਵੀ ਲੱਗਿਆ ਹੋਇਆ, ਸਿੰਮਿਆਂ ਨੇ ਲਾਇਆ ਹੋਇਆ ਲੰਗਰ ਇੱਥੇ, ਉਹ ਤਾਂ ਸਰਦਾਈ ਦੀ ਖੁਸ਼ਬੂ ਆ ਰਹੀ ਹੈ ਵੀ ਸਰਦਾਈ ਦਾ ਲੰਗਰ ਵਰਗਿਆ ਹੁੰਦਾ ਜਿੱਦਾਂ, ਬਾਕੀ ਦੇਖ ਲੈ ਜਾ ਕੇ ਉੱਥੇ। ਅਤੇ ਚਾਹ ਦਾ ਲੰਗਰ ਚੱਲਦਾ ਅਤੇ ਛੋਲੇ ਦਿੰਦੇ ਆ, ਖਿੱਲਾਂ ਜੀ ਦਿੰਦੇ ਮਿੱਠੀਆਂ, ਮੁੱਠੀ ਭਰ ਭਰ ਕੇ ਦੇਈ ਜਾਂਦੇ ਆ। ਚਾਹ ਤਾਂ ਅਸੀਂ ਪੀਤੀ ਨਹੀਂ, ਮੈਂ ਛੋਲੇ ਅਤੇ ਖਿੱਲਾਂ ਲੈ ਕੇ ਆਇਆ, ਜੇ ਕਾਲੇ ਕਾਲੇ 'ਚ ਕਾਹਦੇ ਹੋਈ ਜਾਂਦੇ ਚਿਹਰੇ ਆ, ਪਤਾ ਨਹੀਂ ਕੈਮਰੇ 'ਚ ਆ, ਪਤਾ ਨਹੀਂ ਇੱਥੇ ਹਨੇਰਾ, ਚਿਹਰੇ ਕਾਲੇ ਕਾਲੇ 'ਚ ਦਿਖੀ ਜਾਂਦੇ। ਹੁਣ ਤਾਂ ਵੀਡੀਓ ਐਡਿਟ ਕਰਕੇ ਪਤਾ ਲੱਗੂ ਵੀ ਕਿਆ ਚੱਕਰ ਹੈ, ਵੀ ਬ੍ਰਾਈਟਨੈਸ ਕਾਹਦਾ ਨਹੀਂ ਵੱਧ ਰਹੀ ਹੈਗੀ। ਲੈ ਵੇ ਹੁਣ ਤੁਹਾਨੂੰ ਦਿਖਾਉਂਦਾ ਇੱਕ ਹੋਰ ਜਗ੍ਹਾ, ਇੱਥੇ ਪਾੜਦੇ ਆ, ਆਹ ਸ਼ੋਰਟ ਰਸਤਾ ਚੱਲੀ ਜਾਂਦਾ ਥੱਲੇ ਥੱਲੇ, ਆਹ ਦੂਜਾ ਚੱਲੀ ਜਿਹਦੇ ਹੁਣ ਅਸੀਂ ਆਏ ਹਾਂ, ਇਹਨੂੰ ਲੰਗਰ ਮਿਲ ਜੂਗਾ ਤੁਹਾਨੂੰ, ਚਾਹ ਦਾ ਛੋਲੇ ਛੁੱਲੇ, ਇੱਧਰ ਨੂੰ ਕੁਛ ਨਹੀਂ ਮਿਲਣਾ, ਪਰ ਤੁਸੀਂ ਇਹ ਰੋਡ ਨੂੰ ਜਾਏ ਜੇ ਆਏ ਤੁਸੀਂ। ਮੈਂ ਨਹੀਂ ਪਿੱਛੇ ਰਿਹਾ ਹੈਗਾ, ਪਤਾ ਕਿਆ ਹੋਇਆ, ਹੁਣ ਬੰਦੇ ਮਿਲੀ ਜਾਂ ਹਰੇਕ ਗੱਲਾਂ ਕਰਨ ਨੂੰ ਕਹਿੰਦਾ, ਹਰੇਕ ਬੰਦਾ ਮਿਲੀ ਜਾਂਦਾ, ਮੈਂ ਨਹੀਂ ਕਰ ਸਕਦਾ। ਹੋਰ ਤਾਂ ਠੀਕ ਠਾਕ, ਸਫ਼ਰ ਬਹੁਤ ਸੋਹਣਾ। ਇਹ ਸੀ ਭਾਈ ਮੇਰੇ ਪਿੰਡ ਦੇ ਮੁੰਡੇ, ਮੈਂ ਸੋਚਦਾ ਹੀ ਸੀ ਮੈਂ ਮੈਨੂੰ ਮਿਲੂੰਗਾ ਰਸਤੇ ਦੇ ਵਿੱਚ, ਮਿਲ ਗਏ, ਪਰ ਐਂ ਹੋ ਜਾਣਾ ਤਾਂ ਸ਼ਾਰਟ ਕੱਟ ਪੈ ਜਾਣਾ ਤਾਂ, 6 ਜਣੇ ਆ ਗਏ ਜਿੱਤਾਂ ਦੱਸ ਗਿਆ ਵਿਆਹ ਕਰਾਉਣ ਵਾਲੇ ਨਾਲ, ਨਹੀਂ ਗੱਲ ਕਰਦਾ, 3 ਮੋਟਰਸਾਈਕਲ ਲੈ ਕੇ ਆਏ ਹੋਣੇ ਆ,
ਤੇ ਵਧੀਆ ਰਿਹਾ ਭਾਈ ਸਫ਼ਰ। ਅਸੀਂ ਭਾਈ ਹੁਣ ਸਾਰੇ ਛੋਟੀ ਛੋਟੀ ਗੱਲਾਂ ਨੂੰ ਦੱਸੀਆਂ ਵੀ ਆਹ ਚੀਜ਼ਾਂ ਦਾ ਖਿਆਲ ਰੱਖੋ, ਤੜਕੇ 4 ਵਜੇ ਕੇ ਨਿਕਲ ਜਿਓ, 4 ਘੰਟੇ ਗਾਹਾਂ ਲੱਗਦੇ ਆ, ਵਾਪਸੀ ਫਿਰ ਕੱਲ੍ਹ ਇੱਥੇ ਮਾਰ ਦਿਓ। ਹਾਂ, ਇੰਨਾ ਕੁ ਸਫ਼ਰ ਆ ਭਾਈ। ਭਾਈ ਚੰਗਾ ਲੱਗਦਾ, ਉਹ ਭਾਈ ਚੰਗਾ ਲੱਗਦਾ ਜਦੋਂ ਕੋਈ ਪਿੰਡ ਦਾ ਮੁੰਡਾ ਮੁੰਡਾ ਮਿਲਦਾ ਕੋਈ ਰਸਤੇ 'ਚ, ਤੁਹਾਨੂੰ ਕਿੰਨਾ ਚਾਹ ਚੰਗਾ ਲੱਗੂ ਜੋ ਕਿ ਪਿੰਡ ਦਾ ਮਿਲੂ। ਹੁਣ 10 ਮਿੰਟ ਉਹਨਾਂ ਨੇ ਲਵਾ ਤੇ, ਭੱਜ ਭੱਜ ਕੇ ਤੁਹਾਡੇ ਨਾਲ ਰਲਿਆ, ਸਾਹ ਫੁੱਲਦਾ। ਵੈਸੇ ਆਹ ਰਸਤਾ ਤਾਂ ਨੋਰਮਲ ਹੈ, ਅਸੀਂ ਸਪੀਡ ਬਹੁਤ ਤੇਜ਼ ਮਾਰੀ ਅਤੇ ਬਾਕੀ ਸਾਥੀਆਂ ਨੂੰ ਮਿਲ ਗਿਆ ਸੀ। 2 ਵਜੇ ਹੋਰ ਅੱਗੇ ਲੰਘੇ ਥੋਤੇ ਵੀ, ਹਲੇ ਪਿੱਛੇ ਆਹੋ ਹਾਂ, ਉਹ ਉਹਨਾਂ ਜ਼ਿਆਦਾ ਮਲ ਦੇਣੇ ਹਲੇ। ਹਾਂ, ਉਹਨਾਂ ਕੰਮ ਖਰਾਬ ਹੋਣਾ, ਜਿਹੜਾ ਜ਼ਿਆਦਾ ਮਲਦੇ ਖੱਲੀਆਂ ਪਾ ਦੇਣੀਆਂ, ਜ਼ਿਆਦਾ ਉਹਨਾਂ ਨੇ ਖਿੱਚ ਖਿੱਚ ਕੇ ਪਿੰਨੀਆਂ ਜੀਆਂ, ਫੁੱਲਾਂ ਦੀ ਬਰਸਾਤ ਹੋਣ ਲੱਗ ਗਈ ਆ। ਹਾਂ, ਬਰਸਾਤ ਦੇ ਨਾਲ ਬਰਸਾਤੀਆਂ ਕੱਢਣਗੇ ਇਹ ਹੁਣ, ਕਿਉਂਕਿ ਥੋੜ੍ਹੀ ਥੋੜ੍ਹੀ ਰੱਬ ਨੇ ਉੱਪਰ ਤੇ ਬੱਦਲਵਾਈ ਹੋ ਚੁੱਕੀ ਆ। ਵਧੀਆ ਵੀਰੇ, ਵਧੀਆ ਵਧੀਆ, ਹੋਰ ਸਭ ਠੀਕ ਆ? ਹਾਂ, ਚੜ੍ਹਦੀ ਗੱਲ ਚੜ੍ਹ ਆ ਗਿਆ, ਤੁਸੀਂ ਬੁਲਾਓ ਚਲੋ। ਹਾਂ ਹਾਂ, ਓਕੇ। ਅੱਜ ਬਹੁਤ ਭਰਾ ਮਿਲੇ ਵਾਪਸੀ ਦੇ ਟਾਈਮ, ਅਤੇ ਮੈਂ ਸਭ ਤੋਂ ਪਿੱਛੇ ਰਹਿ ਜਾਂਦਾ ਤਾ ਕਿ ਹਰੇਕ ਨਾਲ 1-2 ਮਿੰਟ ਖੜ੍ਹਨਾ ਪੈਂਦਾ, ਗੱਲਾਂ ਬਾਤਾਂ ਮਾਰਨੀਆਂ ਪੈਂਦੀਆਂ ਹੁੰਦੀਆਂ। ਯਾਦੋ ਕਿੰਨਾ ਮੀਂਹ ਪੈਣ ਲੱਗ ਗਿਆ, ਓਹੋ ਜਿਹੜਾ ਛੱਟਾ ਵੀ ਗਿਰਿਆ ਉੱਪਰ ਗਿਰਦਾ ਨਾ, ਠੰਡਾ ਗਿਰ ਰਿਹਾ ਉੱਪਰ, ਐਨ ਬਰਸਾਤੀਆਂ ਕੱਢਣੀਆਂ ਪੈਣੀਆਂ। ਰੱਬਾ ਬੱਸ ਕਰ, ਬਸ 1.5 ਘੰਟਾ ਦੇ ਦੇ ਫਿਰ ਪਾਲੀ ਜਿੰਨਾ ਪਾਉਣਾ। ਵਾਪਸੀ ਟਾਈਮ ਤਾਂ ਬੱਸ ਹੋ ਗਈ ਪੂਰੀ ਆ। ਪਾਣੀ ਪਿਲਾਓ ਯਾਰ ਮੁੰਡਿਓ, ਕਹਿੰਦੇ 1 ਕਿਲੋਮੀਟਰ ਹੈ, ਕਦੇ ਸੁਣਦੇ ਆ ਰਹੇ 1 ਕਿਲੋਮੀਟਰ, ਹਰੇਕ ਪਤਾ ਦਿਲਾਸਾ ਦੇਖ ਲਾ ਵੀ ਜਾਂਦਾ, ਸਾਲੇ ਝੂਠ ਬੋਲਦੇ ਇਹ, ਸੱਚੇ ਭਾਈ ਝੂਠ ਬੋਲਦੇ, ਕਦੇ ਤੁਰਨ ਲੱਗੇ ਹੋਇਆ ਸੀ। ਚੱਕ ਲਿਆ, ਬਹੁਤ ਔਖਾ ਭਾਈ ਵਾਪਸੀ ਆਉਣਾ, ਬਹੁਤ ਹੀ ਜ਼ਿਆਦਾ ਲਾਸ ਬਚਦਾ। ਹਾਂ, ਸੱਚ ਬੋਲਦਾ ਝੂਠ ਨਹੀਂ ਬੋਲਦਾ, ਲੱਤਾਂ ਦਾ ਬੁਰਾ ਹਾਲ ਹੋਊਗਾ ਲੱਕ ਦੇ ਥੱਲੇ, ਸਾਨੂੰ ਪਤਾ ਅਸੀਂ ਫੀਲ ਕਰ ਰਹੇ ਹਾਂ, ਤੁਸੀਂ ਤਾਂ ਬੈਠੇ ਵੀਡੀਓ ਦੇਖ ਰਹੇ ਯਾਰ। ਓਹੋ, ਰੱਬ ਦਾ ਸ਼ੁਕਰ ਆ, ਰੱਬ ਦਾ ਧਰਤੀ ਪਰ ਆ ਗਏ, ਮੇਰਾ ਨਿਮਾੜੀ ਸਭ ਤੋਂ ਅੱਗੇ, ਸਭ ਤੋਂ ਮੂਹਰੇ, ਸਭ ਤੋਂ ਅੱਗੇ ਹਾਏ ਨੇ ਮੈਂ। ਹੈਂ, 15 ਮਿੰਟ ਪਹਿਲਾਂ ਬੈਠਿਆ ਕੋਈ ਵੱਡਾ। ਹਾਂ ਹਾਂ, ਘੋੜੇ ਦਾ ਸਫ਼ਰ ਕਰਕੇ ਆਇਆ ਹਾਂ, ਤੁਸੀਂ ਵੀ ਘੋੜੇ ਦਾ ਕਰਕੇ ਆਏ ਵੀਰੇ? ਓਏ ਵੀਰੇ ਛੋਟੇ, ਹਾਂ ਉਸਤਾਦ, ਤੂੰ ਵੀ ਘੋੜੇ ਪਰ ਆਇਆ? ਘੋੜੇ ਪਰ ਆਇਆ ਤੂੰ ਵੀ? ਨਾ ਯਾਰ, ਇਹ ਬੰਦਾ ਘੋੜੇ ਪਰ ਆਇਆ, ਪੁੱਛਾ ਮਾੜਾ ਜਿਹਾ ਇੱਕ ਮਿੰਟ, ਚੀਜ਼ ਕਰ ਰਿਹਾ ਸਫ਼ਰ ਘੋੜੇ ਦਾ ਫਿਰ? ਮਾੜਾ ਹੀ ਰਿਹਾ ਬਸ, ਇਹਦੇ ਨਾਲ ਤਾਂ ਕਹਿੰਦਾ ਵੀਰੇ ਕਹਿੰਦਾ ਤੁਰਕੀ ਆ ਜਾਂਦੇ ਹੈ, ਹੋਰ ਯਾਰ ਕੀ ਜ਼ਿਆਦਾ ਕਿਆ ਹੁੰਦਾ, ਘੰਟਾ ਲੇਟ ਆ ਜਾਂਦੇ। ਅੱਛਾ, ਘੰਟਾ ਲੇਟ ਨਹੀਂ, ਕਿਉਂ ਜ਼ਿਆਦਾ ਸਰੀਰ ਹਿੱਲਦਾ ਕਿ ਡਰ ਲੱਗਦਾ? ਜਿਹਦਾ ਫੜ ਕੇ ਚੱਲਦੇ ਆ ਨਾ ਅੱਗੇ, ਬੜੀ ਜ਼ੋਰ ਜ਼ੋਰ ਦੀ ਵੱਜਦੇ ਨੇ, ਨਾ ਕੰਟਰੋਲ ਹੀ ਨਹੀਂ ਹੁੰਦਾ। ਅੱਛਾ, ਬੜਾ ਮੁਸ਼ਕਿਲ ਹੀ ਹੈ ਬਸ। ਅੱਛਾ, ਜਿਹੜਾ ਨਹੀਂ ਪਤਾ ਕਿੱਥੇ ਡਿੱਗ ਜਾ ਕਿੱਥੇ ਨਹੀਂ। ਹਾਂ, ਡਰ ਤਾਂ ਲੱਗਦਾ, ਡਰ ਬੜਾ ਲੱਗਦਾ। ਹਾਂ, ਥੱਲੇ ਬੈਠ ਗਿਆ, ਇਹ ਬੈਠ ਜਾਣੇ ਐਂਗਲ 'ਚ, ਪਰ ਮੈਂ ਕਿਹਾ ਪਿੱਛੇ ਨੂੰ ਅਗਲੇ ਦਰਦ 'ਚ ਚੱਕਰ ਚੁੱਕਰ ਖਾ ਕੇ। ਦੇਖੀ ਭਾਈ ਸਰਦਾਰਾ, ਬਚ ਕੇ ਮਾੜਾ ਜਾ, ਸਾਡਾ ਇੱਕ ਬੰਦਾ ਪਿੱਛੇ ਰਹਿ ਗਿਆ, ਜੱਗੂ ਜਗਦੀਪ, ਉਹੀ ਰਹਿੰਦਾ ਕਹਿੰਦਾ, ਹੋਰ ਰਹਿੰਦਾ ਇਹਦੇ ਕਿਹੜੇ ਰਹਿੰਦਾ ਹੁਣ, ਜਗਦੀਪ ਰਹਿੰਦਾ ਹੋਰ, ਤਿੰਨ ਬੰਦੇ ਰਹਿ ਗਏ,
ਤਿੰਨੇ ਆ ਕਾਕਾ ਰਹਿ ਗਿਆ ਰਿੰਟਾ ਰਹਿ ਗਿਆ ਜਗਦੀਪ ਰਹਿ ਗਿਆ ਆਪਾਂ ਪੰਜ ਜਣੇ ਚਾਰ ਜਣੇ ਰਹਿ ਗਏ ਪਿੱਛੇ ਚਾਰ ਬੰਦੇ ਵਾਲੇ ਸੱਤ ਜਣੇ ਆ ਚਾਰ ਬੰਦੇ ਆ ਗਏ ਚਾਰ ਨਹੀਂ ਪੰਜ ਆ ਗਏ ਤਿੰਨ ਰਹਿ ਗਏ ਨਹੀਂ ਚਾਰ ਰਹਿ ਗਏ ਨੌ ਬੰਦੇ ਆਏ ਹੋਏ ਸਵੇਰੇ 4:30 ਤੁਰੇ ਸੀ ਆਪਾਂ ਹਾਂ ਤੇ ਮੱਥਾ ਟੇਕ ਕੇ ਵਾਪਸ ਆਪਾਂ ਡਾਇਰੈਕਟ ਥੱਲੇ ਆ ਗਏ ਵਧੀਆ ਰਿਹਾ ਸਫ਼ਰ ਥੱਕ ਗਏ ਥੋੜ੍ਹੇ ਜਿਹੇ ਬਟ ਵਧੀਆ ਰਿਹਾ ਸਾਰੇ ਬੰਦੇ ਠੀਕ ਆ ਚੜ੍ਹਦੀ ਕਲਾ ਚ ਸਾਰੇ ਬਾਈ ਚੜ੍ਹਦੀ ਕਲਾ ਚ ਹੁਣ ਹੋਈ ਗੱਡੀ ਬੈਠ ਗਏ ਜਦੋਂ ਸਟਾਰਟ ਕਰੂਗਾ ਇਹ ਲੇਊਗਾ ਹੈ ਸਰੀਰ ਜਾਮ ਹੋ ਗਏ ਹੁਣ ਤਾਂ ਚਲੋ ਜੀ ਹੁਣ ਪ੍ਰਸ਼ਾਦ ਲਈਏ ਤੇ ਨਿਕਲੀਏ ਫਿਰ 50 ਰੁਪਏ ਸਵਾਰੀ ਲੈਂਦੇ 50 ਰੁਪਏ ਸਵਾਰੀ ਲੈਂਦੇ ਆ ਚਲੋ ਵੀ ਚਲੋ ਯਾਰ ਲਓ ਭਾਈ ਸਬਸਕ੍ਰਾਈਬਰ ਮੈਨੂੰ ਮਿਲਿਆ ਸਾਡੀਆਂ ਦੁਆਵਾਂ ਤੇਰੇ ਨਾਲ ਆ ਕੱਲ ਨੂੰ ਜਾ ਚੜ੍ਹਦੀ ਗਲਾ ਹੈ ਨਾ ਵਾਲੇ ਤੋਂ ਮੁੰਡਾ ਹੈ ਠੀਕ ਹੈ ਬੁਕੇ ਚਲੋ ਭਾਈ ਚੱਲੀ ਆ ਜਾਓ ਲਓ ਜੀ ਗੁਰਦੁਆਰਾ ਗੋਬਿੰਦ ਘਾਟ ਤੇ ਤੁਹਾਨੂੰ ਪ੍ਰਸ਼ਾਦ ਲਵਾਂਗੇ ਇੱਧਰੋਂ ਪ੍ਰਸ਼ਾਦ ਮਿਲਦਾ 5 ਨੰਬਰ ਕਾਊਂਟਰ ਤੋਂ ਪਰਚੀ ਮਿਲਦੀ ਆ ਅਤੇ ਮੈਨੂੰ ਸਰਪੋਹ ਮਿਲਿਆ ਥੋੜ੍ਹੀ ਕੀ ਆਪਾਂ ਸੇਵਾ ਵੀ ਦਿੱਤੀ ਇੱਥੇ ਹਲੋ ਵੀਰ ਜੀ ਇੱਕ ਹੋਰ ਜੇ ਤੁਸੀਂ ਇੱਧਰੋਂ ਆਉਣਾ ਤਾਂ ਗੱਡੀਆਂ ਨੀਵੀਆਂ ਨਾਲ ਲੈ ਕੇ ਆਇਓ ਗੱਡੀਆਂ ਉੱਚੀਆਂ ਲਿਖਿਆ XUV ਜਿਹੜੀਆਂ ਹੁਣ ਧਰਤੀ ਨਾਲੋਂ ਉੱਚੀਆਂ ਹੋਣ ਜਿਹੜੀਆਂ ਗੱਡੀਆਂ ਨੀਵੀਆਂ ਜਿੱਦਾਂ ਸਾਹਮਣੇ ਨੀਵੀਂ ਗੱਡੀ ਆ ਇਹ ਥੱਲੇ ਲੱਗ ਸਕਦੀ ਇੱਥੇ ਕੋਈ ਪੱਥਰ ਪੁੱਥਰ ਸੜਕ ਬਣਾ ਰੋਡ ਸੜਕ ਬਣਾ ਬਹੁਤ ਕਰੇ ਹੁੰਦੇ ਮੋਟੇ ਮੋਟੇ ਜੇ ਇਹ ਦੇਖ ਲਓ ਭਾਈ ਇਹ ਕਿਸੇ ਨੇ ਗੱਡੀ ਲੈ ਕੇ ਆਉਣੀ ਇੱਥੇ ਪਿੱਛੇ ਨਾ ਗੱਡੀ ਦਾ ਬੁਰਾ ਹਾਲ ਹੋਇਆ ਮੈਂ ਦੇਖਿਆ ਵਰਨਾ ਸੀ ਬਹੁਤ ਥੱਲੇ ਲੱਗ ਰਹੀ ਸੀ ਗੱਡੀ ਅਤੇ ਗੱਡੀਆਂ ਕਿੱਦਾਂ ਫਸਾ ਕੇ ਖੜਾਤੀਆਂ ਆਹੀ ਮੈਨੂੰ ਡਰ ਤਾਂ ਵੀ ਸਾਡੀ ਗੱਡੀ ਨਿਕਲ ਚੁੱਕੀ ਬਸ ਨਿਕਲੇ ਜਾਣੀ ਗੱਡੀ ਥੋੜ੍ਹੀ ਜਿਹੀ ਅੱਗੇ ਕਰਨੀ ਪੈਣੀ ਹੈ ਹੈਂ ਮੈਂ ਗੱਡੀ ਥੋੜ੍ਹੀ ਅੱਗੇ ਕਰਨੀ ਪੈਣੀ ਨਿਮੇ ਲੈ ਫੜ ਗੱਡੀ ਵਿੱਚ ਬੈਠਿਆ ਕਿਆ ਫੀਲਿੰਗ ਆਈ ਗੱਡੀ 'ਚ ਬੈਠ ਕੇ ਇਹ ਕਦੇ ਜੀ ਕਾਲੇ ਕਾਲੇ ਇੱਥੇ ਹੀ ਰੱਖਣੇ ਚਾਹੀਦੇ ਇਹਨੂੰ ਪਤਾ ਨਹੀਂ ਕਦੇ ਕਾਲੀ ਕਾਲੀ ਜੀ ਕਰ ਰਿਹਾ ਜੀ ਫੋਕਸ ਤੋੜੀ ਜਾ ਰਹੇ ਸਾਰੀ ਵੀਡੀਓ ਬਣ ਤਾਂ ਕਾਲੀ ਕਾਲੀ ਜੀ ਬਣੀ ਲੱਗ ਗਈ ਅੱਜ ਗੱਡੀ 'ਚ ਬੈਠ ਕੇ ਨਜ਼ਾਰਾ ਆ ਗਿਆ ਨਿਮੇ ਨਿਮੇ ਬਾਹਰ ਕਿਹੜਾ ਦੇਖਦਾ ਮੇਰੇ ਵੱਲ ਬਹੁਤ ਸੋਹਣੀ ਯਾਤਰਾ ਹੋ ਗਈ ਸਾਡੀ ਅੱਜ ਅਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਅਤੇ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਸੀਂ ਮੇਰੀ ਸਾਰੀ ਯਾਤਰਾ ਵਾਲੀ ਵੀਡੀਓ ਤੁਸੀਂ ਦੇਖ ਲਈ ਹੋਣੀ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਫਿਰ ਇੱਕ ਵਾਰੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਧੰਨਵਾਦ।